ਜਿਹੜਾ ਪੀ ਆਰ ਦਾ ਪ੍ਰੋਸੈਸ ਆ ਉਹ ਇੰਨਾ ਸਲੋ ਕਾਹਤੋਂ ਹੋਇਆ ਹੋਇਆ ਵਾ। ਈ ਓ ਆਈ ਪਾਉਣ ਤੋਂ ਬਾਅਦ 'ਚੋਂ ਹੁਣ ਆਪਾਂ ਨੂੰ ਜਿਹੜੀ ਵੇਟ ਆ ਉਹ ਕਾਫੀ ਜ਼ਿਆਦਾ ਕਰਨੀ ਪੈ ਰਹੀ ਆ। ਅਤੇ ਇਹੋ ਜਿਹੇ ਕਿਹੜੇ ਓਕੂਪੇਸ਼ਨ ਨੇ ਜਿਹੜੇ ਅੱਜ ਦੇ ਟਾਈਮ ਵਿੱਚ ਟ੍ਰੈਂਡਿੰਗ ਵਿੱਚ ਨੇ ਜਿਨ੍ਹਾਂ ਵਿੱਚ ਪੀ ਆਰ ਲੈਣੀ ਸੌਖੀ ਆ? ਅਤੇ ਨਰਸਿੰਗ ਦਾ ਜਿਹੜਾ ਕਿ ਆਪਣਾ ਪਹਿਲਾਂ ਪੂਰਾ ਬੋਲਬਾਲਾ ਸੀਗਾ, ਹੁਣ ਅੱਜ ਕੱਲ੍ਹ ਉਹਦੇ 'ਚ ਵੀ ਕਾਹਤੋਂ ਇੰਨੀ ਹਾਰਡ ਹੋ ਗਈ ਆ। ਕਈ ਟ੍ਰੇਡ ਕੋਰਸ ਇਹੋ ਜਿਹੇ ਵੀ ਹੈਗੇ ਨੇ ਜਿਨ੍ਹਾਂ ਨੂੰ ਅੱਜ ਕੋਈ ਪੁੱਛ ਨਹੀਂ ਰਿਹਾ, ਅਤੇ ਕਈ ਟ੍ਰੇਡ ਕੋਰਸ ਇਹੋ ਜਿਹੇ ਨੇ ਜਿਨ੍ਹਾਂ ਨੂੰ ਮਤਲਬ ਇੱਕ ਦਿਨ ਪਾ ਕੇ ਦੂਜੇ ਤੀਜੇ ਦਿਨ ਇਨਵਾਈਟ ਆ ਜਾਂਦੀ ਆ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੇਰਾ ਨਾਮ ਹਰਪ੍ਰੀਤ, ਤੁਸੀਂ ਦੇਖ ਰਹੇ ਹੋ ਹਰਪ੍ਰੀਤ ਸਿੱਧੂ ਯੂਟਿਊਬ ਚੈਨਲ। ਅਤੇ ਅੱਜ ਮਤਲਬ ਬਹੁਤ ਟਾਈਮ ਬਾਅਦ ਵੀਡੀਓ ਆ ਰਹੀ ਹੈ, 3 ਮਹੀਨੇ ਆਲਮੋਸਟ ਹੋਣ ਵਾਲੇ ਨੇ ਆਪਣੀ ਲਾਸਟ ਵੀਡੀਓ ਆਈ ਨੂੰ। ਲਾਈਫ 'ਚ ਕਾਫੀ ਚੀਜ਼ਾਂ ਥੋੜ੍ਹਾ ਜਿਹੀਆਂ ਉੱਪਰ ਥੱਲੇ ਚੱਲ ਰਹੀਆਂ ਸੀਗੀਆਂ, ਅਤੇ ਹੁਣ ਟਰਾਈ ਕੀਤਾ ਵਾ ਕਿ ਜਿਹੜਾ ਕੰਟੈਂਟ ਆ ਆਪਣਾ ਉਹ ਮਤਲਬ ਆਇਆ ਕਰੂਗਾ ਕੰਟੀਨਿਊਸਲੀ, ਕਿਉਂਕਿ ਹੁਣ 8 ਅਕਤੂਬਰ ਆ ਅਤੇ ਅੱਜ 1 ਤਰੀਕ ਨੂੰ ਮੈਂ ਸ਼ੂਟ ਕਰ ਰਿਹਾ, ਮੈਂ ਵੀ 2-3 ਦਿਨਾਂ 'ਚ ਪੋਸਟ ਕਰ ਦੇਵਾਂਗੇ। ਅਤੇ ਹੁਣ ਜਿਹੜੀ ਕੋਸ਼ਿਸ਼ ਹੈ ਮਤਲਬ ਉਹ ਇਹ ਆ ਕਿ ਪ੍ਰੋਪਰ ਇੰਸਟਾ 'ਤੇ, ਟਿਕਟੋਕ 'ਤੇ ਅਤੇ ਯੂਟਿਊਬ 'ਤੇ ਜਿਹੜਾ ਕੰਟੈਂਟ ਆ ਆਪਾਂ ਉਹ ਬਣਾਵਾਂਗੇ। ਅਤੇ ਇਨ ਫਿਊਚਰ 'ਚ ਟਰਾਈ ਕਰਦੇ ਹਾਂ ਕਿ ਥੋੜ੍ਹਾ ਜਿਹਾ ਡਿਫਰੈਂਟ ਕੰਟੈਂਟ ਵੀ ਲੈ ਕੇ ਆਵਾਂਗੇ। ਹੁਣ ਜਿਵੇਂ ਕਿ ਤੁਸੀਂ ਟਾਈਟਲ ਐਂਡ ਥੰਬਨੇਲ ਦੇਖ ਲਿਆ ਹੋਣਾ ਇਸ ਵੀਡੀਓ ਦਾ, ਇਹਦੇ ਵਿੱਚ ਹੁਣ ਆਪਾਂ ਗੱਲ ਕਰਨੀ ਆ ਕਿ ਜਿਹੜੀ ਹੁਣ ਦੇ ਟਾਈਮ 'ਚ ਪੀ ਆਰ ਆ ਉਹ ਕੁਝ ਕੁ ਓਕੂਪੇਸ਼ਨ ਲਈ ਤਾਂ ਈਜ਼ੀ ਆ, ਬਟ ਬਹੁਤ ਸਾਰੇ ਇੱਦਾਂ ਦੇ ਓਕੂਪੇਸ਼ਨ ਨੇ ਜਿਹਦੇ ਵਿੱਚ ਜਿਹੜੀ ਪੀ ਆਰ ਉਹ ਕਾਫੀ ਜ਼ਿਆਦਾ ਹਾਰਡ ਕੀਤੀ ਹੋਈ ਆ, ਦੇਰ ਨਹੀਂ ਰਹੇ। ਮਤਲਬ ਕੁਛ ਟ੍ਰੇਡ ਕੋਰਸ ਇੱਦਾਂ ਦੇ ਹੈਗੇ ਨੇ ਜਿਨ੍ਹਾਂ ਵਿੱਚ ਈਜ਼ੀਲੀ ਮਿਲ ਰਹੀ ਆ ਪੀ ਆਰ, ਅਤੇ ਕੁਛ ਕਿੱਦਾਂ ਦੇ ਨੇ ਜਿਨ੍ਹਾਂ ਵਿੱਚ ਮਤਲਬ ਬੰਦੇ ਨੂੰ ਸਾਲ ਹੋ ਗਿਆ, 1.5-1.5 ਸਾਲ ਹੋ ਗਿਆ, ਇੰਕਲੂਡਿੰਗ ਮੀ, ਆਪਾਂ ਵੇਟ ਕਰ ਰਹੇ ਹਾਂ ਬਟ ਕੁਛ ਨਹੀਂ ਬਣ ਜੁੜ ਰਿਹਾ। ਸੋ ਪ੍ਰੋਪਰ ਅੱਜ ਦੀ ਵੀਡੀਓ 'ਚ ਆਪਾਂ ਖੋਲ੍ਹ ਕੇ ਗੱਲ ਕਰਾਂਗੇ ਕਿ ਅੱਗੇ ਜੇ ਤੁਸੀਂ ਨਵੇਂ ਆ ਰਹੇ ਹਾਂ, ਕੋਰਸ ਚੇਂਜ ਕਰਨਾ ਵਾ, ਤਾਂ ਤੁਹਾਨੂੰ ਕਿਹੜਾ ਕੋਰਸ ਲੈਣਾ ਚਾਹੀਦਾ ਵਾ, ਕੀ ਚੀਜ਼ਾਂ ਆਪਾਂ ਅਵੋਇਡ ਕਰਨੀਆਂ ਨੇ। ਸਾਰਿਆਂ ਨਾਲੋਂ ਪਹਿਲੀ ਗੱਲ ਤਾਂ ਹੁਣ ਕਿ ਆਪਾਂ ਸਟੂਡੈਂਟ ਵੀਜ਼ਾ ਨਹੀਂ ਪਾ ਸਕਦੇ, ਹੈ ਨਾ? ਲਾਸਟ ਵੀਡੀਓ ਮੇਰੀ ਇਹਦੇ 'ਤੇ ਸੀਗੀ ਕਿ ਟੀ ਆਰ ਦੇ ਬਾਅਦ 'ਚੋਂ ਆਪਾਂ ਜਿਹੜਾ ਸਟੂਡੈਂਟ ਵੀਜ਼ਾ ਆਪਾਂ ਅਪਲਾਈ ਉਹ ਨਹੀਂ ਕਰ ਸਕਦੇ। ਸੋ ਇਹਦੇ ਨਾਲ ਕਾਫੀ ਜ਼ਿਆਦਾ ਇੱਕ ਵੱਡੀ ਮਤਲਬ ਸ਼ੋਕਿੰਗ ਗੱਲ ਆ ਇਹ। ਬਸ ਮੈਂ ਕਿਉਂਕਿ ਇਨਫੋਰਮੇਸ਼ਨ ਦੇ ਦਿੰਦਾ ਪਹਿਲਾਂ ਕਿ ਜੇ ਤੁਸੀਂ ਆਪਣਾ ਕੋਈ ਵੀ ਟ੍ਰੇਡ ਕੋਰਸ ਕਰ ਰਹੇ ਹਾਂ ਤਾਂ ਤੁਹਾਡੀ ਜਿਹੜੀ ਪੜ੍ਹਾਈ ਆ ਉਹ ਪੂਰੀ ਹੋ ਚੁੱਕੀ ਹੈ, ਤਾਂ ਟਰਾਈ ਕਰੋ ਕਿ ਜਿਹੜਾ ਆਪਣਾ ਜੋਬ ਰੈਡੀ ਆ ਉਹ ਨਾਲ ਦੀ ਨਾਲ ਸ਼ੁਰੂ ਕਰ ਲਓ, ਕਿਉਂਕਿ 18 ਮਹੀਨੇ ਹੁੰਦੇ ਨੇ ਆਪਣੇ ਕੋਲ, 18 ਮਹੀਨੇ ਜਿਹੜਾ ਟਾਈਮ ਆ ਉਹ ਬਾਹਲਾ ਨਹੀਂ ਹੁੰਦਾ। ਅਤੇ ਉਹਦੇ ਵਿੱਚ ਪੂਰਾ ਕਰਨਾ, ਟੈਸਟ ਦੇਣਾ, ਸਾਰਾ ਕੁਛ ਕਰਨਾ, ਟਾਈਮ ਲੱਗ ਜਾਂਦਾ, ਮਤਲਬ ਪ੍ਰੋਸੈਸ ਈਜ਼ੀ ਨਹੀਂ ਗਾ। ਅਤੇ ਉਨੇ ਟਾਈਮ ਦੇ ਵਿੱਚ ਹੀ ਆਪਾਂ ਇਨਵਾਈਟ ਵੀ ਲੈਣੀ ਆ, ਜੇ ਇਨਵਾਈਟ ਨਹੀਂ ਆਉਂਦੀ, 18 ਮਹੀਨੇ ਹੋ ਗਏ ਨੇ, ਤਾਂ ਫਿਰ ਆਪਾਂ ਨੂੰ ਜਿਹੜਾ ਵਾ ਸਪੋਂਸਰ ਵੀਜ਼ਾ ਦੇਖਣਾ ਪੈਣਾ, ਕਿਉਂਕਿ ਸਟੂਡੈਂਟ ਵੀਜ਼ਾ ਦੀ ਆਪਸ਼ਨ ਆਪਣੇ ਕੋਲ ਨਹੀਂ ਹੈਗੀ ਹੁਣ। ਸੋ ਇਹ ਚੀਜ਼ ਨੂੰ ਧਿਆਨ 'ਚ ਰੱਖਿਓ, ਕਿਉਂਕਿ ਟ੍ਰੇਡ ਕੋਰਸ ਦਾ ਥੋੜ੍ਹਾ ਜਿਹਾ ਹੁਣ ਹਾਰਡ ਹੋ ਗਿਆ ਪ੍ਰੋਸੈਸ ਪਹਿਲਾਂ ਨਾਲੋਂ। ਬਾਕੀ ਜੇਕਰ ਹੁਣ ਆਪਾਂ ਗੱਲ ਕਰੀਏ ਕਿ ਅੱਜ ਦੇ ਟਾਈਮ ਵਿੱਚ ਜਿਹੜੀ ਆਸਟ੍ਰੇਲੀਅਨ ਗਵਰਨਮੈਂਟ ਆ ਉਹ ਪੀ ਆਰ ਕਾਹਤੋਂ ਨਹੀਂ ਦੇ ਰਹੀ, ਖਾਸ ਕਰਕੇ NSW, ਥੋੜ੍ਹੀ ਜਿਹੀ NSW ਸਟੇਟ ਆ ਉਹ ਥੋੜ੍ਹੀ ਜਿਹੀ ਕੱਬੀ ਚੱਲਦੀ ਆ ਐਜ਼ ਕੰਪੇਅਰ ਟੂ ਅਦਰ ਸਟੇਟਸ। ਹੁਣ ਜਿਵੇਂ ਆਪਾਂ ਦੇਖਿਆ ਕਿ 189 ਦਾ ਇੱਕ ਅਨਐਕਸਪੈਕਟਡ ਰਾਊਂਡ ਹੋਇਆ ਵਾ, ਸਤੰਬਰ ਦੇ ਵਿੱਚ ਹੋਇਆ ਸੀਗਾ, ਆਈ ਥਿੰਕ 13 ਸਤੰਬਰ, ਹੈ ਨਾ? ਉਹਦੇ ਵਿੱਚ ਉਹ ਕਿਸੇ ਨੂੰ ਪਤਾ ਨਹੀਂ ਸੀਗਾ ਰਾਊਂਡ ਹੋਣਾ ਵਾ, ਬਟ ਉਹ ਰਾਊਂਡ ਹੋ ਗਿਆ। ਕਿ ਜਿਹੜੇ ਵੀ ਓਕੂਪੇਸ਼ਨ ਨੂੰ ਇਨਵਾਈਟ ਆਇਆ ਵਾ, ਬਹੁਤ ਹੀ ਜ਼ਿਆਦਾ ਹਾਈ ਪੁਆਇੰਟਸ 'ਤੇ ਇਨਵਾਈਟ ਆਇਆ ਵਾ। ਮਤਲਬ ਕੋਈ ਜਿਹੜਾ ਜਨਰਲ ਅਕਾਊਂਟੈਂਟ ਆ ਉਹਨੂੰ 100 ਪੁਆਇੰਟ 'ਤੇ 189 ਦਾ ਇਨਵਾਈਟ ਆਇਆ। ਮੋਟਰ ਮਕੈਨਿਕ ਦਾ ਮੈਂ ਦੇਖਿਆ 90 ਪੁਆਇੰਟਸ 'ਤੇ ਲਿਖਿਆ ਹੋਇਆ ਸੀਗਾ। ਸੋ ਆਈ ਡੋਂਟ ਨੋ ਕਿ ਉਹਦੇ ਵਿੱਚ ਕਿਸੇ ਬੰਦੇ ਦਾ ਇਨਵਾਈਟ ਆਇਆ ਹੋਊਗਾ ਕਿ ਨਹੀਂ ਆਇਆ ਹੋਊਗਾ। ਜੇ ਆਇਆ ਵੀ ਹੋਊਗਾ ਤਾਂ ਬਹੁਤ ਹੀ ਜ਼ਿਆਦਾ ਗਿਣਵੇਂ ਚਿਣਵੇਂ 2-4-10 ਬੰਦੇ ਮਸਾਂ, ਮਤਲਬ ਕਿਉਂਕਿ 90 ਪੁਆਇੰਟਸ 189 ਲਈ ਕਰਨੇ ਬਹੁਤ ਜ਼ਿਆਦਾ ਔਖੇ ਆ, ਕਿ ਅਨਲੈਸ ਤੁਸੀਂ ਸਾਰਾ ਕੁਛ ਕਰਦੇ ਆ, 8 ਹੀ 'ਚ ਲੈਂਦੇ ਹਾਂ, PT 'ਚੋਂ 90 ਕਰਦੇ ਹਾਂ, 10 ਤੁਹਾਡੇ ਆਪਣੇ ਡਿਗਰੀ ਦੇ ਹੈਗੇ ਨੇ, ਸਿੰਗਲ ਆ, ਏਜ ਆ, ਮਤਲਬ ਸਾਰਾ ਕੁਛ ਕਰਕੇ ਐਕਸਪੀਰੀਅੰਸ ਹੈਗਾ ਵਾ, ਫਿਰ ਕਿਤੇ ਜਾ ਕੇ ਆਪਣੇ ਜਿਹੜੇ 90 ਪੁਆਇੰਟ ਨੇ ਉਹ ਬਣਦੇ ਨੇ। ਕਿ ਕਿਹੜੇ ਟ੍ਰੇਡ ਕੋਰਸ ਨੇ ਜਿਨ੍ਹਾਂ ਵਿੱਚ ਥੋੜ੍ਹੀ ਜਿਹੀ ਹੁਣ ਪੀ ਆਰ ਆ ਰਹੀ ਆ? ਉਹ ਹੈਗੀ ਆ ਕਾਰਪੇਂਟਰ, ਪਲੰਬਰ ਹੋ ਗਿਆ, ਕੰਸਟਰਕਸ਼ਨ ਵਰਕਰ ਹੋ ਗਏ, ਹੈ ਨਾ? ਸੋ ਇਹਨਾਂ ਦੀ ਹੁਣ ਪੀ ਆਰ ਆ ਰਹੀ ਆ, ਬਟ ਮੈਂ ਇਹ ਗੱਲ ਕਹਿਣੀ ਚਾਹੁੰਦਾ ਵਾਂ ਕਿ ਤੁਸੀਂ ਇਹ ਗਲਤੀ ਨਾ ਕਰਿਓ। ਆਈ ਨੋ ਕਿ ਬਹੁਤ ਸਾਰੇ ਲੋਕਾਂ ਨੇ ਗਲਤੀ ਕਰਨੀ ਆ, ਕਿ ਲੋਕਾਂ ਨੇ ਹੁਣ ਜ਼ਿਆਦਾਤਰ ਸਟੂਡੈਂਟਸ ਨੇ ਕੀ ਕਰਨਾ ਕਿ ਏਜੰਟਾਂ ਕੋਲ ਜਾਣਾ, ਪੜ੍ਹਾਈ ਚੇਂਜ ਕਰਨੀ ਆ, ਉਹਨਾਂ ਨੇ ਤੁਹਾਨੂੰ ਕੋਰਸ ਕਿਹੜਾ ਦਵਾਉਣਾ ਵਾ? ਕੰਸਟਰਕਸ਼ਨ ਦਾ, ਜਾਂ ਬ੍ਰਿਕਲੇਅਰ ਦਾ ਦਵਾ ਦੇਣਗੇ, ਕਾਰਪੇਂਟਰ ਦਾ ਦਵਾ ਦੇਣਗੇ, ਜਾਂ ਪਲੰਬਰ ਦਾ, ਹੈ ਨਾ? ਕੰਸਟਰਕਸ਼ਨ ਦੇ ਸਿਵਲ ਕੰਸਟਰਕਸ਼ਨ ਦਾ ਡਿਪਲੋਮਾ ਹੋ ਗਿਆ ਐਡਵਾਂਸ। ਬਟ ਇੱਕ ਚੀਜ਼ ਯਾਦ ਰੱਖਿਓ ਕਿ ਅੱਜ ਦੇ ਟਾਈਮ ਵਿੱਚ ਇਹਨਾਂ ਦੀ ਜਿਹੜੀ ਕਿਸਮਤ ਆ ਉਹ ਖੁੱਲ੍ਹੀ ਆ, ਬਟ ਜਦੋਂ ਤੁਸੀਂ ਕਰਨਾ ਵਾ ਪੂਰਾ ਆਪਣਾ ਕੋਰਸ, ਉਦੋਂ ਉਸ ਕੋਰਸ ਦੇ ਕੀ ਹਾਲਾਤ ਹੋਣਗੇ ਉਹ ਚੀਜ਼ ਆਪਾਂ ਵਾ ਨਹੀਂ ਜਾਣਦੇ। ਸੋ ਕਦੇ ਵੀ ਇਹ ਮਿਸਟੇਕ ਨਾ ਕਰਿਓ ਵੀ ਜੇ ਅੱਜ ਕਿਸੇ ਕੋਰਸ ਨੂੰ ਇਨਵਾਈਟ ਆ ਰਹੇ ਨੇ ਅਤੇ ਆਪਾਂ ਉਹੀ ਕੋਰਸ ਲੈ ਲੈਂਦੇ ਹਾਂ। ਇਹ ਗਲਤੀ ਮੈਂ ਕਰ ਚੁੱਕਿਆ ਵਾਂ, ਤਾਂ ਹੀ ਮੈਂ ਇਹ ਚੀਜ਼ ਕਹਿ ਰਿਹਾ ਹਾਂ, ਕਿਉਂਕਿ ਜਦੋਂ ਮੈਂ ਮੋਟਰ ਮਕੈਨਿਕ ਕਰਨਾ ਸ਼ੁਰੂ ਕੀਤਾ ਸੀਗਾ ਤਾਂ ਉਸ ਟਾਈਮ ਮੋਟਰ ਮਕੈਨਿਕ ਦੇ ਜਿਹੜੇ ਬਹੁਤ ਜ਼ਿਆਦਾ ਚਰਚੇ ਸੀਗੇ, ਅਤੇ ਇਨਵਾਈਟ ਵੀ ਬਹੁਤ ਜਲਦੀ ਆ ਰਹੇ ਸੀਗੇ, EOI ਪਾ ਕੇ, ਅਤੇ ਘੱਟ ਪੁਆਇੰਟਸ 'ਤੇ ਹੀ ਆ ਰਹੇ ਸੀਗੇ। ਅਤੇ ਅੱਜ ਤੁਸੀਂ ਦੇਖ ਲਓ ਵੀ ਮੋਟਰ ਮਕੈਨਿਕ ਨੂੰ 1.5 ਸਾਲ ਹੋ ਗਿਆ ਵਾ NSW ਵਿੱਚ, ਕੋਈ ਇਨਵਾਈਟ ਨਹੀਂ ਆਇਆ। ਜਸਟ ਕੁਛ ਕੁ ਆਏ ਨੇ ਜਿਹੜੇ ਕਿ ਨਿਊ ਸਾਊਥ ਵੇਲਸ ਪਾਥਵੇ 1 ਵਿੱਚ ਆਏ ਨੇ, ਜਿਹੜੀ ਕਿ ਆਪਾਂ ਡਾਇਰੈਕਟ ਅਪਲਾਈ ਕਰਦੇ ਹਾਂ,
ਨੋਮੀਨੇਸ਼ਨ ਆਪਾਂ ਪਾਉਂਦੇ ਹਾਂ ਅਤੇ ਆਪਾਂ ਨੂੰ ਇਨਵਾਈਟ ਆਉਂਦੀ ਹੈ, ਬਟ ਹੁਣ ਉਹਦੇ ਵਿੱਚ ਅਪਲਾਈ ਕਰਨਾ ਬਹੁਤ ਹਾਰਡ ਸੀਗਾ ਐਜ਼ ਏ ਮੋਟਰ ਮਕੈਨਿਕ, ਕਿਉਂਕਿ ਉਹਦੀ ਜਿਹੜੀ ਕੰਡੀਸ਼ਨ ਸੀਗੀ ਉਹ ਸੀਗੀ ਕਿ ਤੁਸੀਂ 6 ਮਹੀਨਿਆਂ ਤੋਂ ਪਹਿਲਾਂ ਉਹ ਸਾਲ ਸੀਗੀ, ਫਿਰ ਉਹ 6 ਮਹੀਨੇ ਕਰ ਦਿੱਤੀ ਗਈ ਕਿ ਆਪਣੀ ਜਿਹੜੀ ਨੋਮੀਨੇਟਡ ਓਕੂਪੇਸ਼ਨ ਉਹਦੇ ਵਿੱਚ ਕੰਮ ਕਰਦੇ ਹੋਵੋ ਅਤੇ ਜਿਹੜੀ ਤੁਹਾਡੀ ਸੈਲਰੀ ਆ ਉਹ 73,000 ਹੋਵੇ ਪਰ ਈਅਰ। ਸੋ ਕੰਮ ਬੰਦਾ ਕਰ ਲੂਗਾ, ਐਨਐਸਡਬਲਿਊ ਰੀਜਨਲ 'ਚ ਬੰਦਾ ਰਹਿ ਵੀ ਲਊਗਾ, ਨੋ ਡਾਊਟ, ਬਟ ਜਿਹੜੀ ਸੈਲਰੀ ਦਾ ਇਹ ਕੱਟ ਆਫ ਆ 73,000, ਇਹ ਬਹੁਤ ਜ਼ਿਆਦਾ ਹਾਈ ਆ ਕਿ ਇੰਨੀ ਸੈਲਰੀ ਤੁਹਾਨੂੰ ਮੋਟਰ ਮਕੈਨਿਕ 'ਚ ਮਿਲਣੀ, ਇਟਸ ਨੋਟ ਏ ਈਜ਼ੀ ਗੇਮ, ਕਿਉਂਕਿ ਕੋਈ ਦਿੰਦਾ ਨਹੀਂ ਅਛੇ ਤੀ, ਬਹੁਤ ਜ਼ਿਆਦਾ ਪੈਸੇ ਨੇ, $36 ਪਰ ਆਵਰ ਬਣਦੇ ਨੇ, $36 ਐਜ਼ ਏ ਮੋਟਰ ਮਕੈਨਿਕ ਤੁਹਾਨੂੰ ਲੈਣੇ ਬਹੁਤ ਜ਼ਿਆਦਾ ਔਖੇ ਨੇ। ਜੇਕਰ ਹੁਣ ਮੈਂ ਟਾਈਟਲ ਦੀ ਗੱਲ ਕਰਾਂ ਤਾਂ ਟਾਈਟਲ ਆਪਣਾ ਰੋਂਗ ਨਹੀਂ ਗਾ ਕਿ ਅੱਜ ਦੇ ਟਾਈਮ ਵਿੱਚ ਜਿਹੜੇ ਲੋਕ ਸਫ਼ਰ ਕਰ ਰਹੇ ਨੇ, ਮਜੋਰਿਟੀ ਆਫ ਲੋਕਾਂ ਦੇ ਲਈ ਪੀ ਆਰ ਅੱਜ ਦੇ ਟਾਈਮ 'ਚ ਹਾਰਡ ਹੀ ਹੋਈ ਹੋਈ ਆ, ਲੋਕ ਉਹਨਾਂ ਨੂੰ ਇੱਦਾਂ ਲੱਗਦਾ ਕਿ ਜਿਹੜੀ ਗੌਰਮੈਂਟ ਆ ਉਹ ਪੀ ਆਰ ਨਹੀਂ ਦੇ ਰਹੀ, ਅਸੀਂ ਭਟਕ ਰਹੇ ਹਾਂ, ਫਿਰ ਦੁਬਾਰਾ ਸਟੂਡੈਂਟ ਵੀਜ਼ੇ 'ਤੇ ਜਾ ਰਹੇ ਹਾਂ ਜਾਂ ਕੁਛ ਹੋਰ ਕਰ ਰਹੇ ਹਾਂ, ਉਸ ਚੀਜ਼ ਤੋਂ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਨੇ, ਠੀਕ ਹੈ ਨਾ। ਸੋ ਤਾਂ ਕਰਕੇ ਇਹ ਚੀਜ਼ ਕਹਿ ਸਕਦੇ ਹਾਂ ਕਿ ਹੁਣ ਪੀ ਆਰ ਸੌਖੀ ਨਹੀਂ ਗੀ, ਬਟ ਕੁਛ ਕੁ ਓਕੂਪੇਸ਼ਨ ਨੇ ਜਿਨ੍ਹਾਂ ਦੀ ਥੋੜ੍ਹੀ ਜਿਹੀ ਆਪਾਂ ਕਹਿ ਸਕਦੇ ਹਾਂ ਕਿ ਲਾਟਰੀ ਲੱਗ ਗਈ ਜਾਂ ਉਹਨਾਂ ਦੀ ਮਿਹਨਤ ਆ, ਜੋ ਤੁਸੀਂ ਮਰਜ਼ੀ ਕਹਿ ਲਓ ਕਿ ਉਹਨਾਂ ਦੇ ਜਿਹੜੇ ਇਨਵਾਈਟ ਨੇ ਉਹ ਕਾਰਪੇਂਟਰ ਹੋ ਗਏ ਜਾਂ ਬ੍ਰਿਕਲੇਅਰ ਪਲੰਬਰ, ਉਹਨਾਂ ਦੇ ਆਏ ਨੇ 65-70 ਪੁਆਇੰਟਸ 'ਤੇ, ਬਟ ਉਹ ਕੋਈ ਉਮੀਦ ਨਹੀਂ ਸੀਗੀ, ਉਹਨਾਂ ਨੂੰ ਵੀ ਉਮੀਦ ਨਹੀਂ ਸੀਗੀ, ਨਾ ਹੀ ਆਪਾਂ ਨੂੰ ਪਤਾ ਸੀਗਾ ਕਿ ਇੱਕਦਮ ਉਹ ਇੱਦਾਂ ਟ੍ਰੈਂਡਿੰਗ 'ਚ ਆਜੂਗਾ ਕੋਰਸ ਜਿਹੜਾ ਵਾ। ਸੋ ਜੇਕਰ ਆਪਾਂ ਦੇਖੀਏ ਵੀ ਪੀ ਆਰ ਤਾਂ ਹੁਣ ਆਪਾਂ ਕਹਿ ਸਕਦੇ ਹਾਂ ਕਿ ਈਜ਼ੀ ਗੇਮ ਨਹੀਂ ਰਹੀ, ਜੇਕਰ ਤੁਸੀਂ ਕੋਈ ਵੀ ਕੋਰਸ ਕਰਨਾ ਵਾ ਧਿਆਨ ਨਾਲ ਕਰੋ। ਪਹਿਲਾਂ ਆਪਾਂ ਕਹਿੰਦੇ ਸੀਗੇ ਨਰਸਿੰਗ ਵਧੀਆ ਵਾ, ਨੋ ਡਾਊਟ ਨਰਸਿੰਗ ਵਧੀਆ, ਕਰੀਅਰ ਵਧੀਆ, ਲੌਂਗ ਟਰਮ ਆਪਾਂ ਜੋਬ ਕਰ ਸਕਦੇ ਹਾਂ, ਕੂਲ ਜੋਬ ਆ, ਸੋਰੀ ਕੂਲ ਤਾਂ ਚਲੋ ਆਪਾਂ ਨਹੀਂ ਕਹਿ ਸਕਦੇ, ਬਹੁਤ ਹੈਡਿਕ ਵੀ ਹੁੰਦੀ ਹੈ, ਸਟ੍ਰੈਸ ਵੀ ਹੁੰਦਾ ਵਾ, ਅਤੇ ਡਿਪੈਂਡ ਕਰਦਾ ਤੁਸੀਂ ਕਿਹੜੀ ਫੀਲਡ ਵਿੱਚ ਕੰਮ ਕਰ ਰਹੇ ਹਾਂ, ਬਟ ਟੌਰ ਹੈਗੀ ਇੱਕ ਨਰਸਿਸ ਦੀ ਟੌਰ ਹੈਗੀ ਆ, ਨੋ ਡਾਊਟ। ਬਟ ਇੱਕ ਟਾਈਮ 'ਤੇ ਸੀਗਾ ਕਿ ਨਰਸਿਸ ਦੀ ਚੜ੍ਹਾਈ ਹੁੰਦੀ ਸੀਗੀ, ਇਨਵਾਈਟ ਆਉਂਦੇ ਸੀਗੇ, ਬਟ ਜੇਕਰ ਆਪਾਂ ਅੱਜ ਦੇ ਟਾਈਮ ਵਿੱਚ ਦੇਖੀਏ ਤਾਂ ਨਰਸਾਂ ਦਾ ਵੀ ਕੋਈ ਕੰਮ ਜਿਹੜਾ ਵਾ ਉਹ ਈਜ਼ੀ ਨਹੀਂ ਗਾ, ਉਹਨਾਂ ਨੂੰ ਵੀ 85 ਪੁਆਇੰਟਸ 'ਤੇ ਕੱਟ ਆਫ ਰੱਖਿਆ ਵਾ, ਜੋ ਕਿ ਬਹੁਤ ਜ਼ਿਆਦਾ ਹੁੰਦੇ ਨੇ ਫੋਰ 189, ਜ਼ਿਆਦਾ ਹੀ ਨੇ ਹੁਣ 189 ਲਈ, ਕਿਉਂਕਿ ਜੇ ਤੁਸੀਂ 85 ਕਰ ਰਹੇ, ਤੁਹਾਡੀ ਇੰਗਲਿਸ਼ ਵੀ ਵਧੀਆ ਹੋਵੇ, ਮੇ ਬੀ ਤੁਹਾਨੂੰ ਐਕਸਪੀਰੀਅੰਸ ਵੀ ਹੋਵੇ, ਤੁਹਾਡੀ ਏਜ ਵੀ 30 ਹੋਵੇ, ਫਿਰ ਹੀ ਤਾਂ ਅੱਗੇ ਤੁਹਾਨੂੰ ਨਾਟੀ ਵੀ ਕਰਨੀ ਪੈਣੀ ਆ, ਅਤੇ ਫਿਰ ਹੀ ਜਾ ਕੇ ਜਿਹੜੇ ਕਦੇ ਆਪਣੇ ਨੇ ਉਹ ਪੁਆਇੰਟ ਹੁੰਦੇ ਨੇ 85। ਬਾਕੀ ਸਟੇਟਸ ਨੇ ਜਿਹੜੀਆਂ ਉਹ ਫਿਰ ਵੀ ਠੀਕ ਚੱਲ ਰਹੀਆਂ ਨੇ, ਉਹਨਾਂ ਨੇ ਰਾਊਂਡ ਕਰਤੇ ਨੇ, ਵਿਕਟੋਰੀਆ ਨੇ ਵੀ ਆਈ ਥਿੰਕ 1-2 ਰਾਊਂਡ ਕਰਤੇ ਨੇ, ਪਰਥ ਨੇ ਵੀ 2 ਕਰਤੇ ਨੇ, ਸਾਊਥ ਆਸਟ੍ਰੇਲੀਆ ਨੇ ਵੀ ਕਰਤੇ ਨੇ, ਕੁਈਨਜ਼ਲੈਂਡ ਵੀ ਓਪਨ ਹੋ ਗਈ ਸੀ, ਆਈ ਡੋਂਟ ਨੋ ਕੋਈ ਤਾਂ ਰਾਊਂਡ ਹੋਇਆ ਕਿ ਨਹੀਂ, ਅਤੇ ਜਿਹੜੀ ਨੌਰਦਰਨ ਟਰੇਡਰੀ ਆ ਉਹਦੇ ਬਾਰੇ ਮੈਂ 100% ਸ਼ੋਰ ਨਹੀਂ ਗਾ, ਤਸਮਾਨੀਆਂ ਦਾ ਤਾਂ ਪਰ ਆਪਾਂ ਨੂੰ ਪਤਾ ਹੀ ਹੈ ਕਿ ਉਹ ਤਾਂ ਦਿੰਦੀ ਹੀ ਰਹਿੰਦੀ ਆ, ਬਹੁਤ ਹੀ ਸਾਈਲੈਂਟ ਜੀ ਅਤੇ ਛੋਟੀ ਜਿਹੀ ਸਟੇਟ ਕਰਕੇ ਉਹਨਾਂ ਦੇ ਹੋ ਹੀ ਜਾਂਦੇ ਨੇ, ਜ਼ਿਆਦਾ ਉਹ ਖਬਰ ਨਹੀਂ ਆਉਂਦੀ, ਹੈ ਨਾ। ਸੋ ਇਹ ਚੀਜ਼ ਕਰਕੇ ਆਪਾਂ ਧਿਆਨ ਰੱਖਣਾ ਕਿ ਜਿਹੜਾ ਵੀ ਆਪਾਂ ਕੋਰਸ ਕਰ ਰਹੇ ਹਾਂ, ਅੱਜ ਕਰ ਰਹੇ ਹਾਂ, ਉਹਦਾ 2 ਸਾਲਾਂ ਬਾਅਦ ਉਹ ਕਿੱਥੇ ਕੋਰਸ ਖੜਾ ਹੋਊਗਾ, ਕਦੇ ਵੀ ਉਹ ਕੋਰਸ ਨਾ ਕਰੋ ਜਿਹੜੇ ਕਿ ਹੁਣ ਡਿਮਾਂਡ ਵਿੱਚ ਨੇ, ਉਹ ਹੁਣ ਛੱਡ ਦਿਓ ਕਾਰਪੇਂਟਰ ਵੱਲ, ਮਤਲਬ ਮੈਨੂੰ ਨਹੀਂ ਲੱਗਦਾ ਕਿ ਹੁਣ ਜੇ ਕਿਸੇ ਬੰਦੇ ਨੇ ਚੇਂਜ ਕਰਨਾ ਉਹ ਕਾਰਪੇਂਟਰ ਵੱਲ ਜਾਣਾ ਚਾਹੀਦਾ, ਕਿਉਂਕਿ ਜਦੋਂ ਨੂੰ ਤੁਸੀਂ ਪੜ੍ਹਾਈ ਪੂਰੀ ਕਰਨੀ ਆ, ਜੋਬ ਰੈਡੀ ਹੋਣਾ 1-2 ਸਾਲਾਂ ਤੱਕ, ਉਦੋਂ ਤੱਕ ਜਿਹੜੀ ਉਹਦੀ ਗੇਮ ਆ ਉਹ ਪੂਰੀ ਹੋ ਜਾਣੀ ਆ। ਏਜੰਟਾਂ ਨੇ ਪੈਸੇ ਬਣਾਉਣੇ ਹੁੰਦੇ ਨੇ, ਕੋਈ ਵੀ ਬੰਦਾ ਵਾ ਉਹ ਆਪਣਾ ਬਿਜ਼ਨਸ ਕਰ ਰਿਹਾ ਵਾ, ਅਗਲੇ ਨੇ ਪੈਸੇ ਦੇਖਣੇ ਨੇ, ਉਹ ਪੀ ਆਰ ਹੋ ਗਏ ਨੇ, ਸਿਟੀਜ਼ਨ ਹੋ ਗਏ ਨੇ, ਜਵਾਕ ਉਹਨਾਂ ਨੇ ਪਾਲਣੇ ਨੇ ਆਪਦੇ, ਅਗਲੇ ਨੇ ਕੀ ਆ ਕਿ ਤੁਹਾਨੂੰ ਇੱਕ ਜੋ ਵੀ ਮਤਲਬ ਗੇਮ ਲੱਗਦੀ ਹੈ ਲਾ ਕੇ ਤੁਹਾਨੂੰ ਚੜ੍ਹ ਦੇਣਾ ਵਾ, ਤੁਸੀਂ ਗਾਂ ਆਪਣੀ ਲਾਈਫ ਆਪ ਡਿਸਾਈਡ ਕਰਨੀ ਆ, ਕਿਉਂਕਿ ਮੈਂ ਗੱਲ ਤਾਂ ਕਹਿ ਰਿਹਾ ਵਾਂ ਮੇਰੇ ਨਾਲ ਇਹ ਚੀਜ਼ ਹੋਈ ਹੋਈ ਆ। ਸੋ ਇਹ ਚੀਜ਼ ਦਾ ਧਿਆਨ ਰੱਖਣਾ। ਫਿਰ ਸਵਾਲ ਆਉਂਦਾ ਵਾ ਵੀ ਜੇ ਆਪਾਂ ਕਾਰਪੇਂਟਰੀ ਬ੍ਰਿਕਲੇਅਰ ਕੰਸਟਰਕਸ਼ਨ ਦੇ ਕੋਰਸ ਨਹੀਂ ਲੈਣੇ, ਫਿਰ ਆਪਾਂ ਕੋਰਸ ਕਿਹੜੇ ਲਈਏ, ਫਿਰ ਇਹ ਵੀ ਸਵਾਲ ਆਉਂਦਾ ਵਾ। ਸੋਸ਼ਲ ਵਰਕਰ ਆਲਵੇਜ਼ ਡਿਮਾਂਡ 'ਚ ਰਿਹਾ ਵਾ, ਇਨਵਾਈਟ ਵੀ ਆਉਂਦੇ ਨੇ, ਪੁਆਇੰਟ ਵੀ ਜ਼ਿਆਦਾ 75-80 ਉਹਦਾ ਕੱਟ ਆਫ ਹੈਗਾ ਵਾ, ਇੰਨੇ ਦੇ ਇਨਵਾਈਟ ਆ ਜਾਂਦੇ ਨੇ। ਜੇ ਆਪਾਂ ਦੇਖ ਗਏ ਕਿ ਟ੍ਰੇਡ ਕੋਰਸ ਵਿੱਚ ਬੰਦਾ ਕਹਿ ਦਿੰਦਾ ਵੀ ਯਾਰ ਕਿਹੜੇ ਹਾਂ ਆਪਾਂ ਲੈ ਸਕਦੇ ਹਾਂ, ਜਾਂ ਡਿਪਲੋਮੇ 'ਚ ਕਹਿ ਦਿੰਦੇ ਹਾਂ, ਹੈ ਨਾ, ਅਰਲੀ ਚਾਈਲਡਹੁੱਡ ਟੀਚਰ ਆਲਵੇਜ਼ ਡਿਮਾਂਡ 'ਚ ਸੀਗਾ, ਉਹ ਹੁਣ ਵੀ ਹੈਗਾ ਵਾ, ਅਤੇ ਇਹ ਮੇਰੀ ਸੈਂਸ ਕਹਿੰਦੀ ਹੈ ਕਿ ਉਹ ਰਹੂਗਾ ਵੀ, ਕਿਉਂਕਿ ਜਿਹੜਾ ਉਹ ਕੋਰਸ ਆ ਮਤਲਬ ਉਹ ਈਜ਼ੀ ਜੋਬ ਨਹੀਂ ਗੀ, ਜਦੋਂ ਤੁਸੀਂ ਐਜ਼ ਏ ਮਤਲਬ ਅਰਲੀ ਚਾਈਲਡਹੁੱਡ ਟੀਚਰ ਕਰਦੇ ਆ, ਹੈ ਨਾ, ਇਹ ਹਾਰਡ ਆ, ਮਤਲਬ ਇੰਨਾ ਪ੍ਰੋਸੈਸ ਈਜ਼ੀ ਨਹੀਂ ਗਾ ਕਿ ਬੰਦੇ ਜ਼ਿਆਦਾਤਰ ਇਹਦੇ ਵਿੱਚ ਲੌਂਗ ਟਰਮ ਜੋਬ ਨਹੀਂ ਕਰ ਪਾਉਂਦੇ, ਕਿਉਂਕਿ ਨਿੱਕੇ ਨਿੱਕੇ ਜਵਾਕਾਂ ਨੂੰ ਤੁਸੀਂ ਪੜ੍ਹਾਉਣਾ ਹੁੰਦਾ ਵਾ, ਮੈਂਟਲੀ ਬੰਦਾ ਕਾਫੀ ਜ਼ਿਆਦਾ ਸਟ੍ਰੈਸ 'ਚ ਵੀ ਰਹਿ ਜਾਂਦਾ ਵਾ ਜੋਬ ਦੇ ਦੌਰਾਨ, ਠੀਕ ਹੈ ਨਾ। ਸੋ ਉਹਦੇ ਕਰਕੇ ਜਿਹੜੀਆਂ ਉਹਦੀਆਂ ਸੀਟਾਂ ਨੇ ਅਤੇ ਉਹ ਪੂਰੀਆਂ ਨਹੀਂ ਹੁੰਦੀਆਂ, ਇੱਦਾਂ ਮੈਨੂੰ ਲੱਗਦਾ ਵਾ, ਕਿਉਂਕਿ ਪਹਿਲਾਂ ਵੀ ਆਪਾਂ ਦੇਖਿਆ ਕਿ ਲਾਸਟ ਈਅਰ ਵੀ ਡਿਮਾਂਡ 'ਚ ਸੀਗਾ, ਹੁਣ ਵੀ ਡਿਮਾਂਡ 'ਚ ਆ, ਅਤੇ ਉਹ ਰਹੂਗਾ ਵੀ, ਮਤਲਬ ਹੁਣ ਵੀ ਉਹਦੇ ਇਨਵਾਈਟ ਜਿਹੜੇ ਨੇ ਉਹ ਵਧੀਆ ਆ ਰਹੇ ਨੇ, ਜਲਦੀ ਆ ਰਹੇ ਨੇ। ਸੋ ਟਰਾਈ ਕਰੋ ਕਿ ਜੇ ਤੁਸੀਂ ਕੰਸੀਡਰ ਕਰਨਾ ਵਾ ECT ਦੇ ਵੱਲ, ਮਤਲਬ ਜਾ ਸਕਦੇ ਆ ਮੈਲਬੋਰਨ 'ਚ ਕੋਰਸ, ਇਹ ਜਿਹੜੇ ਦਿੰਦੇ ਨੇ ਕਾਲਜ ਕਾਫੀ ਜ਼ਿਆਦਾ ਹੈਗੇ ਨੇ ਜਿਹੜੇ ਕਿ ਕੋਰਸ ਤੁਹਾਨੂੰ ਪ੍ਰੋਵਾਈਡ ਕਰ ਦੇਣਗੇ, ਵਧੀਆ ਕਾਲਜ ਹੈਗੇ ਨੇ। ਸਿਡਨੀ ਵਿੱਚ ਥੋੜ੍ਹਾ ਜਿਹਾ ਹਾਰਡ ਆ, ਕੁੜੀਆਂ ਲਈ ਸਿਡਨੀ 'ਚ ਔਖਾ ਵਾ, ਬਟ ਮੁੰਡਿਆਂ ਲਈ ਆਈ ਡੋਂਟ ਨੋ ਕਿ ਮੇ ਬੀ ਕੋਈ ਕਾਲਜ ਹੈਗਾ ਵਾ ਜਿਹੜਾ ਆਹ ਸਮੈਸਟਰ 'ਚ ਤੁਹਾਨੂੰ ਦੇਵੇ, ਮੇ ਬੀ ਨੈਕਸਟ ਜਿਹੜਾ ਜੂਨ ਆਪਣਾ
ट्राई करो कि दो तीन कोर्स या होर कई ट्रेड कोर्स होंगे ने जिन्हों का अपन नहीं पता, जिवें कैबिनेट मेकर हुंदा वा जां प्लंबर, चलो ये तो हम अपने सारे निकल ही गए हैं। कैबिनेट मेकर हो, डीजल मकैनिक हो गया, डीजल मकैनिक ट्राई करो कि कॉम्पीटिशन घट आ, हमेशा लिस्ट में रहा भी है, आता भी है, इनवाइट भी आते हैं। जी मेन गल की आ कि ये जो कॉम्पीटिशन आट आ, जो हम मैं ट्रेड कोर्स लैना सगा मैं भी कन्फ्यूज सगा कि मैं डीजल करा कि कार करा मोटर मकैनिक करा, तो मैं डीजल ही करना सगा पहला। फिर मैं सोचा भी मैं डीजल की जॉब नहीं मिलनी, मतलब ये बेवकूफी की है मैं उदों, क्योंकि पता नहीं सी जे जॉब ना मिली फिर की करा, भी कारां दा काम तो आपां नूं आउंदा नहीं गा, तो डीजल मकैनिक जॉब किने देनी आ। सो ये दिमाग च थोड़ी जी कन्फ्यूजन आ गई सी, तां करके मैं यह किया। बट डीजल मकैनिक एक गुड कोर्स आ, जे तुसीं उह कंसीडर करना वा कर सकदे आ। तो बाकी नो डाउट हुण चलो आह साल दो आह साल हजे शुरू होया वा, नवां साल आ, देखदे आ गा की हुंदा वा। तो दो महीने तीन महीने लंघ चुके ने, इहदे विच NSW नूं छड्ड के जिहड़ियां बाकी स्टेटां ने, साउथ आस्ट्रेलिया जां अपनी वैस्टर्न आस्ट्रेलिया, ये दोवें स्टेटां ने बहुत वधिया कीता वा। कुछ कु कोर्स कढ़ते ने, जिवें उन्हां ने कहा वा असीं कुक नूं नहीं इनवाइट देनी है ना, अपने ने 190 नहीं देना, क्वींसलैंड ने। सो उन्हां ने उह चीज़ थोड़ी जी माड़ी कीती आ, कुक ते शेफ उन्हां ने लिस्ट विच्चों कढ़ दिता वा। सो वो हुण 491 ही अपलाई कर सकते ने, 190 नहीं कर सकते। सो इदां दीआं कुछ कु गल्लां ने जिहड़ियां आपां कंसीडर करनियां ने, क्योंकि अपना टाइम बहुत कीमती है, जिहड़ा भी आपां टाइम स्पेंड करते हैं, कि स्टडी करते हैं, कि पढ़ाई करते हैं, वह चीज़ें आपां ध्यान च रखनिया पैंदियां ने। तो वह जे आप अनगोलियां करांगे तो जो फिर अपना भविख के एक दो साल ने खराब हो जाते हैं। तो जो पैसा तो टाइम आ, दोवें चीज़ा ही इंपोर्टेंट ने, पैसा टाइम नालों इंपोर्टेंट आ, तो टाइम जिहड़ा वा वह पैसे नालों भी वध इंपोर्टेंट आ। सो इस चीज़ का आपां ध्यान रखना वा। तो यह सी अज की अपनी वीडियो, तो ट्राई करना आपां किहड़ा कॉन्टेंट आ हुण आउंदा रहूगा। थोड़े दिमाग कोई भी सवाल तुसीं कमेंट करियो, जे तुहानूं लगता वा कोई डिफरेंट टॉपिक होवे वीडियो का वह भी ट्राई करो। आप ट्राई करांगे स्पॉन्सरशिप जिहड़े वीज़े ने हुण उन्हां बारे एक वीडियो लैके आऊँगा मैं डिटेल च, भी वह किदां ने, 482 हो गया, 407 हो गया, तो वो बारे रिसर्च करके फिर वो वीडियो बनावांगे, क्योंकि कई लोगों ने हुण वो वीज़ा पाउणा वा। बस वो ट्राई करांगे प्रॉपर स्पॉन्सरशिप वीज़ा बारे गल करांगे, है ना। तो वीडियो तुहानूं किदां लगे थल्ले कमेंट करो, तो इदां दीआं होर वीडियोज़ देखने मैनूं फॉलो करो। थैंक यू सो मच।